ਬਰਨਾਲਾ ਦੇ ਵਿੱਚ ਦੇਰ ਰਾਤ ਤੇਜ਼ ਹਨੇਰੀ ਆਉਣ ਦੇ ਕਾਰਨ ਟਰਾਈਡੈਂਟ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਬੜੀ ਮੁਸ਼ਕਲ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਦੇ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬਰਨਾਲਾ ਤੋਂ ਹਰਪ੍ਰੀਤ ਛੰਨਾ ਦੀ ਰਿਪੋਰਟ। ਮੈਂ ਕ੍ਰਿਸ਼ਨ ਸਿੰਘ ਛੰਨਾ। ਜੋ ਟਰਾਈਡੈਂਟ ਫੈਕਟਰੀ ਦੇ ਵਿੱਚ ਇੱਧਰ ਪੁਰਾਣੀ 'ਚ ਅੱਗ ਲੱਗੀ ਵੀ ਇਹਤੋਂ ਪਹਿਲਾਂ 2 ਘੰਟੇ ਹੋ ਗਏ, ਜਾਣੀ ਹਾਲ ਤੱਕ ਅੱਗ ਉੱਤੇ ਕਾਬੂ ਨਹੀਂ ਪਿਆ। ਜਾਣੀ ਕਈ ਅਫਸਰ ਸਾਹੀ ਨਾਲ ਗੱਲ ਹੋਈ ਹੈ, ਜਿਵੇਂ ਧਨੌਲੇ ਵਾਲੇ ਨਾਇਬ ਤਹਿਸੀਲਦਾਰ ਸਾਹਿਬ ਆ ਗਏ, ਉਹਨਾਂ ਨਾਲ ਵੀ ਗੱਲ ਹੋਈ ਹੈ, ਕਹਿੰਦੇ ਜਲਦੀ ਅੱਗ 'ਤੇ ਕੰਟਰੋਲ ਪਾ ਰਹੇ ਹਾਂ ਜੀ, ਫਾਇਰ ਬ੍ਰਿਗੇਡ ਭੇਜ ਰਹੇ ਹਾਂ। ਜੋ CID ਦੇ ਇੰਚਾਰਜ ਨੇ ਇੰਸਪੈਕਟਰ ਬਲਜੀਤ ਸਿੰਘ, ਉਹਨਾਂ ਨਾਲ ਵੀ ਗੱਲ ਹੋਈ ਹੈ, ਜਾਣੀ ਬਰਨਾਲੇ ਜਿਹੜੇ CID ਦੇ ਇੰਚਾਰਜ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ। ਕਈ ਅਫਸਰਾਂ ਨਾਲ ਹੋਰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਜਿਹਨਾਂ ਨੇ ਫੋਨ ਨਹੀਂ ਚੱਕੇ। ਜਾਣੀ ਕਈ ਅੱਗ ਬਹੁਤ ਭਿਆਨਕ ਹੈ ਵੀ ਭਰਾਵੋ, ਇਹਦੇ ਵਿੱਚ ਬਹੁਤ ਕੈਮੀਕਲ ਨੇ, ਜੇ ਅੱਗ ਐਂ ਚੱਲਦੀ ਰਹੀ ਇਹ ਜ਼ਿਆਦਾ ਇਕੱਲਾ ਫਤਿਹਗੜ੍ਹ ਛੰਨਾ ਨਹੀਂ, ਪਤਾ ਨਹੀਂ ਕਿੰਨੇ ਕੁ ਪਿੰਡਾਂ ਤੱਕ ਇਹਨਾਂ ਦੀ ਹਵਾ ਜਾਣੀ ਹੈ, ਕਿੰਨੇ ਕੁ ਪਿੰਡ ਨੇ ਲਵੇੜ 'ਚ ਲੈਣੇ ਆ ਜੇ ਜਲਦੀ ਕੰਟਰੋਲ ਇਹ 'ਤੇ ਨਾ ਹੋਇਆ। ਹੁਣ ਵੀ ਸਾਡੀ ਬੇਨਤੀ ਆ ਵੀ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ, ਅਫਸਰ ਸ਼ਾਹੀ ਨੂੰ ਅੰਦਰ ਕਿੰਨੇ ਮੁਲਾਜ਼ਮ ਨੇ, ਕੀ ਉਹਨਾਂ ਦੇ ਹਾਲਾਤ ਨੇ, ਜਾਣੀ ਉੱਥੇ ਅਫਸਰ ਸ਼ਾਹੀ ਵੀ ਪਹੁੰਚੇ ਕਿ ਇੱਥੇ ਇਹ ਹਾਲਾਤ ਹੋਣ ਵੀ ਅੰਦਰ ਕਿੰਨੇ ਕੁ ਬੰਦੇ ਸੜ ਗਏ। ਇਸ ਕਰਕੇ ਭਰਾਵੋ ਜਲਦੀ ਅੱਗ 'ਤੇ ਕੰਟਰੋਲ ਕੀਤਾ ਜਾਵੇ, ਕਿੰਨੇ ਕੁ ਪਿੰਡ ਨੇ ਪ੍ਰਭਾਵਿਤ ਕਰਨੇ ਹੈ, ਉਹ ਜੇ ਅੱਗ 'ਤੇ ਨਾ ਕੰਟਰੋਲ ਹੋਇਆ ਤੜਕੇ ਨੂੰ ਐਂ ਨਹੀਂ ਪਤਾ ਵੀ ਕਿੰਨੇ ਕੁ ਬੰਦੇ ਦੀਆਂ ਲਾਸ਼ਾਂ ਮਿਲਣਗੀਆਂ ਜੇ ਤੋਂ ਕੈਮੀਕਲ ਲੀਕ ਹੋ ਗਿਆ। ਦੀ ਅੱਗ ਲੱਗੀ ਅੰਦਰ ਇਹਦੀ ਜਗ੍ਹਾ ਅੱਗ ਲੱਗੀ, ਕਿਵੇਂ ਲੱਗੀ? ਟਰਾਈਡੈਂਟ ਫੈਕਟਰੀ ਦੇ ਵਿੱਚ ਅੱਗ ਲੱਗੀ ਆ। ਇਹਨਾਂ ਨੇ ਇਹ ਬੇਨਤੀ ਹੋਈ ਸੀ ਵੀ ਪਾਣੀ ਸਾਡਾ ਅੰਦਰ ਜਾਣ ਦਿਓ, ਪਾਣੀ ਦੀਆਂ ਟੈਂਕੀਆਂ ਜਾਣ ਵੀ ਦੇ ਰਹੇ ਹਨ। ਕਿਹੜੀ ਚੀਜ਼ ਨੂੰ ਅੱਗ ਲੱਗੀ? ਅੰਦਰ ਇਹਨਾਂ ਯਾਰ ਦੇ ਵਿੱਚ ਕਹਿ ਰਹੇ ਆ ਵੀ ਅੱਗ ਲੱਗੀ ਆ। ਕਦੋਂ ਦੀ ਲੱਗੀ? ਅੰਦਰ ਦਾ ਯਾਰ ਆ, ਘੱਟੋ ਘੱਟ 1.5 ਘੰਟਾ ਹੋ ਗਿਆ। ਕਦੋਂ ਦੀ ਲੱਗੀ? 1.5-2 ਘੰਟੇ ਹੋ ਗਿਆ। ਗੱਡੀ ਹੁੰਦੀ ਅੰਦਰ ਗਈ? ਗੱਡੀਆਂ ਬਹੁਤ ਜਾ ਰਹੀਆਂ, ਫਾਇਰ ਬ੍ਰਿਗੇਡ ਵੀ ਆ ਰਹੀ ਆ। ਅਸੀਂ ਵੀ ਤੁਹਾਨੂੰ ਫੋਨ ਕੀਤਾ, ਬਰਨਾਲੇ ਵੀ ਗੱਲ ਹੋਈ, ਰਾਜ ਸਾਹਿਬ ਨਾਲ ਮੇਰੀ ਗੱਲ ਹੋਈ ਆ, ਰਾਜ ਸਾਹਿਬ ਨੇ ਫੋਨ ਕੀਤਾ ਬਾਹਰ ਸੀ ਉਹ, ਉਹਨਾਂ ਨੇ ਵੀ ਜੀਤ ਸਾਹਿਬ ਨਾਲ ਗੱਲ ਕੀਤੀ ਹੈ ਵੀ ਫਾਇਰ ਬ੍ਰਿਗੇਡ ਆ ਰਹੀ ਆ ਵੱਧ ਤੋਂ ਵੱਧ। ਨੁਕਸਾਨ ਹਜੇ ਫਿਲਹਾਲ ਤਾਂ ਨਹੀਂ ਕੋਈ ਦੱਸਿਆ ਇਹਨਾਂ ਨੇ। हमारे कोचिंग इंस्टीट्यूट में बोथ स्कूलिंग एंड कोचिंग फैसिलिटी को लेंगे, उनको कोई भी एक्स्ट्रा ट्यूशन या कोचिंग लेने की जरूरत नहीं पड़ेगी। उनका समय और उनका पैसा दोनों हमारे साथ एडमिशन लेने पे बच सकता है।